ਕੈਲਗਰੀ ਤੋਂ ਜਦੋਂ ਬੈਂਫਵਾਲ ਨੂੰ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਇੱਕ ਕਸੀਨੋ ਆਉਂਦਾ ਅਤੇ ਸਾਈਡ ਦੇ ਉੱਤੇ ਗੈਸ ਸਟੇਸ਼ਨ ਅਤੇ ਮਹੋਟਨ ਬਣਿਆ ਹੋਇਆ ਜੀ। ਤੇਲ ਵਗੈਰਾ ਪਵਾ ਕੇ ਗੱਡੀ ਦੇ ਵਿੱਚ ਕੈਨ ਨਾਸ ਕਿਸ ਕੰਟਰੀ ਨੂੰ ਐਕਸਪਲੋਰ ਕਰਦੇ ਹਾਂ ਜੀ ਅੱਜ। ਡੈਮਸਟਰ ਦੀਆਂ ਬਰੈਡਾਂ ਨੂੰ ਦੇਖ ਕੇ ਡੈਮਸਟਰ ਹਾਈਵੇ ਫੇਰ ਯਾਦ ਆ ਜਾਂਦਾ ਜੀ। ਹੈ ਇਹਦਾ ਜਦੋਂ ਵੀ ਬਰੈਡਾਂ ਜਿਹੜੇ ਗੂਗਲ ਮੈਪ ਤੁਸੀਂ ਉਹ ਕਰਕੇ ਦੇਖਦੇ ਹੋ ਨਾ, ਸੈਟੇਲਾਈਟ ਵਿਊ ਜਾਂ ਸਟਰੀਟ ਵਿਊ, ਆਹ ਹੈ ਉਹ ਗੱਡੀ ਜਿਹੜੀ ਰਿਕਾਰਡ ਕਰਦੀ ਹੈ ਸਾਰਾ ਨਕਸ਼ਾ। ਹਾਂ ਓ ਸੋ ਕੈਮਰਾਜ਼ ਆਰ ਮੋਰ ਇੰਪੋਰਟੈਂਟ ਦੈਨ ਦ ਕਾਰ। ਓਕੇ ਥੈਂਕ ਯੂ ਫਾਰ ਕਵਰਿੰਗ ਆਲ ਦ ਵਿਊਜ਼ ਮੈਨ। ਅਲਬਰਟਾ ਪਾਰਕਸ ਦੇ ਲਈ ਜੀ ਅਲਬਰਟਾ ਦਾ ਡਿਫਰੈਂਟ ਪਾਸ ਲੈਣਾ ਪੈਂਦਾ। ਇੱਥੇ ਪਾਰਕਸ ਕੈਨੇਡਾ ਵਾਲਾ ਜਿਹੜਾ ਪਾਸ ਹੈ ਉਹ ਨਹੀਂ ਚੱਲਦਾ। ਅੱਗੇ ਵਿਜ਼ਟਰ ਇਨਫੋਰਮੇਸ਼ਨ ਸੈਂਟਰ ਆ ਰਿਹਾ ਜੀ, ਉੱਥੋਂ ਆਪਾਂ ਪਹਿਲਾਂ ਤਾਂ ਪਾਸ ਵਾਲਾ ਕੰਮ ਨਿਬੇੜੀਏ। ਇੱਥੇ ਲਾਓ ਗੱਡੀ, ਬੜਾ ਸੋਹਣਾ ਵੈਸੇ ਵਿਜ਼ਟਰ ਸੈਂਟਰ ਬਣਾਇਆ ਹੋਇਆ ਜੀ। ਹੈ ਅਲਬਰਟਾ ਵਾਲੇ ਜੀ ਨਹੀਂ ਫਿਰ ਹੱਥ ਕਰਾਉਂਦੇ ਵੀ। ਰੈਸਟ ਏਰੀਆ ਬਣਿਆ ਹੋਇਆ ਇੱਧਰ, ਮੈਪ ਵਗੈਰਾ ਸਾਰੇ ਲੱਗੇ ਹੋਏ ਨੇ। ਸਾਰੀਆਂ ਜਿਹੜੀਆਂ ਵੀ ਕੈਂਪ ਗਰਾਊਂਡਸ ਨੇ ਅਲਬਰਟਾ ਪਾਰਕਸ ਦੀਆਂ ਸਕਰੀਨ ਦੇ ਉੱਤੇ ਡਿਸਪਲੇ ਹੋ ਰਹੀਆਂ ਨੇ ਜੀ। ਕਿਹੜੀਆਂ ਓਪਨ ਨੇ, ਕਿਹੜੀਆਂ ਕਲੋਜ਼ ਨੇ, ਕਿੱਥੇ ਵਾਰਨਿੰਗ ਆ। ਹਰਟ ਕ੍ਰੀਕ ਦੇ ਵਿੱਚ ਉਹ ਦੇਖੋ ਜੀ ਵਾਰਨਿੰਗ ਆ, ਉੱਥੇ ਬੇਅਰ ਵਾਰਨਿੰਗ। ਪਾਸ ਲੈ ਲਿਆ ਜੀ ਆਪਾਂ, ਚੱਲੀਏ ਇੱਧਰ। ਵਾਸ਼ਰੂਮ ਵਗੈਰਾ ਦੀ ਵੀ ਫੈਸਿਲਿਟੀ ਹੈਗੀ ਹੈ ਜੀ, ਬਹੁਤ ਸੋਹਣਾ ਯਾਰ ਵਿਜ਼ਟਰ ਸੈਂਟਰ ਬਣਿਆ ਹੋਇਆ ਯਾਰ ਆ ਤਾਂ। ਕੈਨਾਸਕਸ ਦੀ ਜਿਹੜੀ ਪਹਾੜਾਂ ਦੀ ਲਾਈਨ ਹੈ ਜੀ, ਇਹਦਾ ਵੀ ਇੱਕ ਬਹੁਤ ਅਲੱਗ ਜਿਹਾ ਨਜ਼ਾਰਾ ਹੈ। ਇੱਧਰ ਨੂੰ ਵੀ ਪਹਾੜ ਅਤੇ ਜਿਹੜਾ ਆਲੇ ਦੁਆਲੇ ਦਾ ਜੰਗਲੀ ਇਲਾਕਾ ਹੈ ਬੜਾ ਅਲੱਗ ਹੈ ਜੀ। ਬਹੁਤ ਸ਼ਾਂਤੀ ਹੈ, ਭੀੜ ਭੜੱਕਾ ਬਿਲਕੁਲ ਨਹੀਂ ਹੈ ਕੋਈ ਇੱਧਰ ਨੂੰ। ਇੱਥੋਂ ਸੱਜੇ ਨੂੰ ਹੋਣਾ ਆਪਾਂ ਨੇ। ਓਕੇ, ਤੁਹਾਨੂੰ ਯਾਦ ਹੈ ਪਿਛਲੀ ਵਾਰ ਵੀ ਆਪਾਂ ਇੱਥੋਂ ਹੀ ਮੁੜੇ ਸੀਗੇ? ਹਾਂ ਹਾਂ ਯਾਦ ਹੈ, ਟਰਨ ਰਾਈਟ। ਹਾਂ ਇੱਧਰ ਨੂੰ ਗਏ ਸੀ ਆਪਾਂ ਉਦੋਂ। ਆ ਗਿਆ ਵੈਲਕਮ। ਉਹ ਦੇ ਉਹ ਤਾਂ ਗੋਟ 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 ਅੱਗੇ ਇਹ ਰੋਡ ਨਹੀਂ ਆ, ਉਰੀ ਆਪਾਂ ਨੂੰ ਮਿਲੀਆਂ ਸੀ ਇਹ ਗੋਟਸ ਉਦੋਂ ਵੀ ਹਮੇਸ਼ਾ ਜਿਹੜੇ ਨਿਕਲੇ। ਹਾਂ ਆ ਜਾ। ਹਾਂ ਹਾਂ ਸੇਮ ਜਗ੍ਹਾ ਤੇ ਸੀਗੇ ਜੀ ਇੱਥੇ। ਚੱਲ ਕੋਈ ਨੇੜੇ ਨੂੰ ਤਾਂ ਚੱਲੋ, ਉਹ ਨਿਆਣਾ ਫਿਰ ਦੋ ਫਿਰ ਪੂਰਾ ਉਹ ਹੋ ਜਾਏਗਾ ਪੁਲਿਸ ਰਜਿਸਟਰ ਰੈਡ ਬੋਲਟਨ ਬੋਲਟਨ ਸਟੋਰ। ਹਾਂ ਉੱਥੇ ਸਟੋਰ ਵੀ ਹੈ, ਉਹ ਸਟੋਰ 'ਚ ਜਾ ਕੇ ਆਪਣੇ ਅਲਬਰਟਾ ਪਾਰਕਸ ਵਾਲਾ ਅਲਬਰਟਾ। ਹਾਂ ਸਾਰਾ ਕੈਂਪ ਗਰਾਊਂਡ ਬਾਹਰ ਰਿਜ਼ਰਵੇਸ਼ਨ ਓਨਲੀ ਪਿੱਛੇ ਲੈਣੇ ਆ। ਪਾਵਰਡ ਸਾਈਟ ਲੈਣੀ ਆ ਆਪਾਂ ਨੇ ਹੁਣ ਸਟੋਰ ਦੇ ਉੱਤੇ ਲਾ ਪਾਰਕ ਕਰ ਉੱਥੇ ਫਿਰ ਜਾ। ਆਈ ਆ ਸਟੋਰ, ਹਾਂ ਸਟੋਰ ਹੈ, ਜਾ ਕੇ ਪੁੱਛਿਓ ਉੱਥੇ ਪਾਰਕ ਕਰਕੇ ਆਪਾਂ ਅੱਗੇ ਜਾਂਦੀ ਨਹੀਂ ਬੋਲਟਨ ਕ੍ਰੀਕ ਕੈਂਪ ਗਰਾਊਂਡ ਦੇ ਵਿੱਚ ਬੁਕਿੰਗ ਕਰ ਰਹੇ ਹਾਂ ਜੀ ਆਪਾਂ। ਇੱਥੇ ਰੈਜ਼ਰਵੇਸ਼ਨ ਹੋ ਜਾਂਦੀ ਹੈ ਅਤੇ ਵੱਡੀ ਗੱਲ ਇਹ ਸੀ ਕਿ ਇੱਥੇ ਪਾਵਰਡ ਸਾਈਟਾਂ ਮਿਲ ਜਾਂਦੀਆਂ ਨੇ। ਅਦਰਵਾਈਜ਼ ਲੇਕ ਸ਼ੋਰ ਦੇ ਉੱਤੇ ਵੀ ਕੈਂਪ ਗਰਾਊਂਡਸ ਹੈਗੀਆਂ ਨੇ, ਪਰ ਸਾਨੂੰ ਪਾਵਰ ਸਾਈਟ ਚਾਹੀਦੀ ਸੀਗੀ, ਸੋ ਆਪਾਂ ਇੱਥੇ ਸਟੇਅ ਕਰਾਂਗੇ ਜੀ। ਹੁਣ ਹੋ ਗਿਆ ਜੀ ਕੰਮ, ਠੀਕ ਹੈ। ਓਕੇ ਆਪਣੇ ਉਹ ਕਹਿੰਦੇ ਵੀ ਪਾਵਰਡ ਸਾਈਟ ਹੈ। ਓਕੇ ਓਕੇ ਹਾਂਜੀ ਹਾਂ, ਬਸ ਫਿਰ ਆ ਜਾਓ ਗਰਾ ਹੁਣ। ਪਹਿਲਾਂ ਮੂਹਰੇ ਸਟਿੱਕਰ ਜਿਹੀ ਲਾ ਦਵਾਂ ਹੈ ਨਾ। ਕੁਝ ਕਰ ਦਿਓ ਸਲਾਈਡ ਲਓ ਜੀ। ਹਾਂਜੀ ਟੈਂਟ ਵਗੈਰਾ ਸੈਟਅਪ ਹੋ ਗਿਆ ਜੀ ਪੂਰਾ,
ਮੀਂਹ ਮੂੰਹ ਤੋਂ ਪਹਿਲਾਂ ਐਨ ਪੂਰਾ ਕੰਮ ਆਪਣਾ ਨਿਬੜ ਚੱਲਿਆ ਹੁਣ ਚੱਲੇ ਆ ਜੀ ਆਪਾਂ ਹਾਈਕ ਕਰਨ ਤੇ ਇੱਧਰ ਇੱਕ ਸਸਪੈਂਸ਼ਨ ਬ੍ਰਿਜ ਹਾਂ ਉੱਥੇ ਤੇ ਦੇਖਦੇ ਆਂਗੇ ਥੋੜਾ ਸ਼ਾਮ ਹੋ ਗਈ ਤੇ ਸ਼ਾਮ ਦਾ ਵੀ ਨਜ਼ਾਰਾ ਦੇਖਦੇ ਆ ਹੁਣ ਉੱਥੇ ਜਾ ਕੇ ਕਿੱਦਾਂ ਦਾ ਬਣਦਾ ਸਪਰੇ ਲੇਕਸ ਰੋਡ ਇਹਦੇ ਤੇ ਅੱਗੇ ਜਾ ਕੇ ਆਉਣਾ ਜੀ ਸਸਪੈਂਸ਼ਨ ਬ੍ਰਿਜ ਇਹ ਜਿਹੜੀ ਸਪਰੇ ਲੇਕਸ ਰੋਡ ਹੈ ਜੀ ਇਹ ਜਿਹਦੇ ਤੇ ਅੱਗੇ ਅੱਗੇ ਜਾਈਏ ਇਹ ਨਾ ਗ੍ਰੈਵਲ ਰੋਡ ਬਣ ਜਾਂਦੀ ਹੈ ਤੇ ਇਹੀ ਰੋਡ ਚੱਲਦੇ ਚੱਲਦੇ ਅੱਗੇ ਜਾ ਕੇ ਕੈਨਮੋਰ ਦੇ ਵਿੱਚ ਕਨੈਕਟ ਕਰ ਜਾਂਦੀ ਹੈ ਪਰ ਇਹ ਰੋਡ ਦੇ ਉੱਤੇ ਅਸੀਂ ਪਿਛਲੀ ਵਾਰੀ ਵੀ ਜਦੋਂ ਆਏ ਸੀ ਉਦੋਂ ਵੀ ਕੋਸ਼ਿਸ਼ ਕੀਤੀ ਸੀਗੀ ਅਵਲਾਂਚ ਵਗੈਰਾ ਦੀ ਬਹੁਤ ਜ਼ਿਆਦਾ ਵਾਰਨਿੰਗ ਹੁੰਦੀ ਹੈ ਜੀ ਅਤੇ ਇੱਕ ਪ੍ਰੋਪਰ ਆਫ ਰੋਡਿੰਗ ਵਾਲਾ ਕੰਮ ਹੈ ਜੀ ਇੱਧਰ ਤਾਂ ਆ ਗਿਆ ਬਾਈ ਬ੍ਰਿਜ ਇੱਥੋਂ ਟ੍ਰੇਲ ਹੈੱਡ ਆ ਗਿਆ ਇਹ ਉਹਦਾ ਬ੍ਰਿਜ ਦਾ ਜੀ ਇੱਥੋਂ ਹਾਈਕ ਕਰਕੇ ਆਪਾਂ ਜਾਵਾਂਗੇ ਜੀ ਇਸ ਹਾਈਵੇ 'ਤੇ ਆਉਂਦੇ ਆਉਂਦੇ ਜੀ ਇਹਦਾ ਕੋਈ ਮਾਰਕਿੰਗ ਨਹੀਂ ਹੈਗੀ ਇਹ ਸਸਪੈਂਸ਼ਨ ਬ੍ਰਿਜ ਜਾਣ ਨੂੰ ਬਸ ਇੱਥੇ ਤਾਂ ਕੋਈ ਗੱਡੀ ਗੁੱਡੀ ਖੜ੍ਹੀ ਦਾ ਅੰਦਾਜ਼ਾ ਲਾ ਕੇ ਜੀ ਉਹ ਸਾਨੂੰ ਜਿਵੇਂ ਪਤਾ ਸੀਗਾ ਬਸ ਅਦਰਵਾਈਜ਼ ਤਾਂ ਇੱਥੇ ਕੁਛ ਇੱਦਾਂ ਦਾ ਵਿਊ ਹੈ ਕਿ ਕੋਈ ਗੱਡੀ ਵਗੈਰਾ ਜਦੋਂ ਖੜ੍ਹੀ ਹੁੰਦੀ ਹੈ ਉਹਦੀ ਅੰਦਾਜ਼ੇ ਦੇ ਨਾਲ ਹੀ ਉਹ ਸਾਹਮਣੇ ਟ੍ਰੇਲ ਜਾਂਦੀ ਹੈ ਉੱਧਰ ਨੂੰ ਇੱਕ ਜਾਂਦੀ ਹੈ ਟ੍ਰੇਲ ਇੱਧਰ ਅਤੇ ਦੋਨੇ ਟ੍ਰੇਲਾਂ ਜਿਹੜੀਆਂ ਨੇ ਉਹ ਸਸਪੈਂਸ਼ਨ ਬ੍ਰਿਜ 'ਤੇ ਜਾਂਦੀਆਂ ਨੇ ਜੀ ਬਹੁਤ ਸੋਹਣੀ ਟ੍ਰੇਲ ਆ ਯਾਰ ਤਾਂ ਹਾਂ ਪਿਛਲੀ ਵਾਰੀ ਦੂਜੇ ਪਾਸੇ ਵੀ ਆਏ ਸੀ ਆਹ ਵੀ ਸੋਹਣੀ ਹੈ ਜੀ ਟ੍ਰੇਲ ਇਹ ਮਾਰਕਿੰਗ ਪਤਾ ਨਹੀਂ ਇਹਨਾਂ ਨੇ ਹਨਾ ਕੋਈ ਵੀ ਨਹੀਂ ਲਾਈ ਹੋਈ ਯਾਰ ਇੱਥੇ ਨਾ ਟ੍ਰੇਲ ਦੀ ਕੋਈ ਮਾਰਕਿੰਗ ਹੈ ਇਹ ਤਾਂ ਯੂਜ਼ ਐਟ ਯੂਅਰ ਓਨ ਰਿਸਕ ਵਾਲੀ ਗੱਲ ਹੈ ਜਮੀ ਜਾਂ ਕੁਛ ਵੀ ਇਨਫੋਰਮੇਸ਼ਨ ਕੁਛ ਨਹੀਂ ਹੈ ਲਓ ਜੀ ਆਲਮੋਸਟ ਪਹੁੰਚਣੇ ਵਾਲੇ ਹਾਂ ਆਪਾਂ ਸਸਪੈਂਸ਼ਨ ਬ੍ਰਿਜ ਦੇ ਉੱਤੇ ਬਹੁਤ ਛੋਟੀ ਜਿਹੀ ਹਾਈਕ ਹੈ ਤਾਂ ਕਿੰਨਾ ਮੈਨੂੰ ਵੱਧ ਤੋਂ ਵੱਧ ਕਿੰਨਾ ਕਿਲੋ ਤੋਂ ਕਿਲੋ ਕੁ ਮੀਟਰ ਹੋਊਗਾ ਇਹ ਬਸ ਹਾਂ ਹਾਂ ਉਹ ਪਹਿਲੀ ਝਲਕ ਸਸਪੈਂਸ਼ਨ ਬ੍ਰਿਜ ਦੀ ਬਹੁਤ ਸੋਹਣਾ ਜੀ ਨੈਰੋ ਬ੍ਰਿਜ ਕਹਿੰਦਾ 20 ਜਣੇ ਹੀ ਆ ਸਕਦੇ ਨੇ ਇਹਦੇ ਤੇ ਮੈਕਸੀਮਮ ਬਲੈਕ ਸ਼ੇਲ ਸਸਪੈਂਸ਼ਨ ਬ੍ਰਿਜ ਤੋਂ ਕੁਛ ਇੱਦਾਂ ਦਾ ਵਿਊ ਹੈ ਜੀ ਸਾਹਮਣੇ ਚੋਟੀ ਤੋਂ ਜਿਹੜੀ ਕ੍ਰੀਕ ਹੈ ਉਹ ਸ਼ੁਰੂ ਹੁੰਦੀ ਹੈ ਕ੍ਰੀਕ ਦਾ ਨਾਮ ਵੀ ਬਲੈਕ ਸ਼ੇਲ ਕ੍ਰੀਕ ਹੈ ਥੱਲੇ ਹਲਕਾ ਹਲਕਾ ਜਿਹਾ ਪਾਣੀ ਆ ਰਿਹਾ ਅਤੇ ਸਸਪੈਂਸ਼ਨ ਜੇ ਆਪਾਂ ਪਰਲੇ ਪਾਸੇ ਦੇਖੀਏ ਤਾਂ ਜਿਹੜੇ ਫਾਲ ਦੇ ਰੰਗ ਨੇ ਉਹ ਪੂਰੇ ਉਹਦੇ ਗਾਣੇ ਜਿਵੇਂ ਕਹਿੰਦੇ ਵੀ ਖਿਲਕੇ ਆਉਣੇ ਸ਼ੁਰੂ ਹੋ ਗਏ ਜੀ ਵਿੱਚ ਵਿੱਚ ਪੀਲੇ ਅਤੇ ਲਾਲ ਪੱਤੇ ਜੇ ਹੋਣ ਲੱਗ ਗਏ ਦਰੱਖਤਾਂ ਦੇ ਬੜਾ ਸੋਹਣਾ ਨਜ਼ਾਰਾ ਬ੍ਰਿਜ ਤੋਂ ਪੂਰਾ ਹਿਲਦਾ ਜੀ ਸਸਪੈਂਸ਼ਨ ਬ੍ਰਿਜ ਇਹ ਰੱਸੀਆਂ ਰੁੱਸੀਆਂ ਨਾ ਪੱਟ ਦਿਓ ਇਹਨਾਂ ਦੀਆਂ ਮਜ਼ਬੂਤ ਕਹਿੰਦੇ ਝੂਲੇ ਦਾ ਆਉਂਦਾ ਹੈ ਪੂਰੇ ਤੁਸੀਂ ਫੜੀ ਗੱਲ ਪੂਰੀ ਸਸਪੈਂਸ਼ਨ ਬ੍ਰਿਜ ਦਾ ਮਤਲਬ ਕੀ ਹੋਇਆ ਫਿਰ ਆਪਸੇ ਵੀ ਟ੍ਰੇਲ ਲੱਗੇ ਸੀ ਇੱਥੇ ਦੂਜੇ ਪਾਸੇ ਜੀ
ਸੋਹਣਾ ਯਾਰ ਸਸਪੈਂਸ਼ਨ ਬ੍ਰਿਜ ਜੇ ਹਨਾ ਜੇ ਹੁਣ ਗੋਲਡਨ ਵਗੈਰਾ ਨਹੀਂ ਜਾਣਾ ਬੰਦੇ ਨੇ ਨਾਲੇ ਕਰਾਊਡਡ ਹੁੰਦਾ ਉਹ ਨਾਲੇ ਤਾਂ ਹਾਈ ਕੋਈ ਬੜੀ ਨਹੀਂ ਹੈਗੀ ਹਾਂ ਹੁਣ ਜੇ ਆਪਾਂ ਦੇਖਿਆ ਲੋਕ ਫੈਮਿਲੀ ਨਾਲ ਵੀ ਆਏ ਰਹੇ ਆ ਛੋਟੇ ਛੋਟੇ ਬੱਚੇ ਵੀ ਨਾਲੇ ਤੇ ਪਰ ਉਹ ਗੋਲਡਨ ਵਾਲਾ ਜਿਵੇਂ ਬਹੁਤ ਵੱਡਾ ਹਾਂ ਉਹ ਲੰਬਾ ਥੋੜਾ ਫਿਰ ਕਮਰਸ਼ੀਅਲ ਹੋ ਗਿਆ ਥੱਲੇ ਵੈਲੀ ਆ ਵੈਲੀ ਵੀ ਡੂੰਗੀ ਆ ਜਾਦੇ ਉਹ ਮੈਂ ਕਹਿੰਦਾ ਕੈਨੇਡਾ ਸਭ ਤੋਂ ਵੱਡਾ ਹੀ ਆ ਉੱਚਾ ਉੱਚਾ ਹਾਂ ਸਾਰਿਆਂ ਨਾਲੋਂ ਉੱਚਾ खत्म हो गया जी सामने खड़ी है गाड़ी जो आप गए थे सामने वाले पासे उधरों गई सी ट्रेल ते वापसी ते आप आए हाँ वैसट आले पास्यों ते एक पूरा लूप बन जाता जी 4-2 किलोमीटर का होना है बहुत सोहना रहा जी बहुत सोहना ब्रिज है जी क्रीक है ये आ रही है ये उत्ते ही बनया हुआ उपर न ब्रिज जाके सो ये क्रीक की भी एक निशानी रखी जा सकती है ये जिथे आना हो वापसी के उत्ते जी लेक आती है एक अल्बर्टा पार्क की अंडर है इतने हम आप अगला स्टॉप लावे जी व्यू देखो जी इतों आले दुआले का देख ला जी है कुत्ते नाल ही रख रहे इधर नूं भी जाते हैं जी डेंजर कोल्ड वाटर किल्स वेयर लाइफ जैकेट देखो इतने लिखा देखो जी की होया कहते एक मिनट के कोल्ड वाटर शॉक हाँ जी 10 मिनट लूज मसल कंट्रोल ये घंटा बिच बहले लॉस ऑफ कॉन्शियसनैस होश उड़ जाने ने कहते पहाड़ों का व्यू भी बहुत सोहना जी इतने पावला जी की फरमायश के उत्ते अंडर वाटर वीडियोग्राफी भी करनी पैनी है जी कहते
ਲੇਕ ਦਾ ਲਾਓ ਘੁੰਮ ਫਿਰ ਕੇ ਗੇੜਾ ਲੇਕ ਜਿੱਧਰੋਂ ਮਰਜ਼ੀ ਦੇਖ ਲਓ ਆ ਪੂਰੀ ਉਹ ਹੈ ਸਟੀਪ ਹੈ ਇੱਕੋ ਲੱਤ ਜਮੀ ਉਹੀ ਡੂੰਗੀ ਹਾਂ ਪੂਰੇ ਦੇਖ ਸਿੱਧੀ ਹੈ ਹਾਂ ਹਾਂ ਰੈਂਗਲ ਵੀ ਸਿੱਧੀ ਸਾਰੇ ਕਿਤੇ ਲੱਕ ਵਕ ਨਹੀਂ ਕੋਈ ਉਹ ਵੀ ਦੇਖੋ ਉੱਥੇ ਉਹਨੇ ਕਾਹੀ ਕਿਸ਼ਤੀ ਵਾਲਾ ਬਣਾਇਆ ਹੋਇਆ ਵੀ ਜੇ ਡੂੰਗੀ ਹੈ ਕਾਹੀ ਕਿਸ਼ਤੀ ਵਾਲਾ ਕੰਡਾ ਉਹ ਬਣਾਇਆ ਹੋਇਆ ਨਾ ਉੱਥੇ ਬੋਟਿੰਗ ਤਾਂ ਹੀ ਕਰਦੇ ਅਸੀਂ ਹਾਂ ਉੱਧਰ ਉਹ ਝਰਨਾ ਜਿਹਾ ਆ ਰਿਹਾ ਜੀ ਕੋਈ ਇੱਕ ਹੈ ਹਾਂ ਉੱਧਰੋਂ ਹੀ ਪਾਣੀ ਆ ਰਿਹਾ ਬਾਈ ਹਾਂ ਉਹ ਸਾਹਮਣੇ ਝਰਨਾ ਜਿਹਾ ਆ ਰਿਹਾ ਜਿਹਾ ਯਾ ਉਧਰੋਂ ਇਧਰ ਨੂੰ ਪਾਣੀ ਆ ਰਿਹਾ ਬਾਬਲੇ ਆ ਦੇ ਆ ਪੱਥਰਾਂ ਟੱਪ ਜਾਣਾ ਪਰਲੇ ਪਾਸੇ ਨੂੰ ਫਿਰ ਆ ਜਾਓ ਅਰੇ ਉਰੇ ਠੀਕ ਹੈ ਕਿਹੜਾ ਹਾਂ ਉਰੇ ਠੀਕ ਹੈ ਛੋਟਾ ਉਸ ਨੂੰ ਸਹੀ ਨਾ ਕਨੈਕਟ ਕਰ ਦਿੱਤਾ ਯਾ ਕਿਦਾਂ ਚ ਬੜਾ ਫੈਕਟਿੰਗ ਕਰ ਦਿੱਤੀ ਨਾ ਉਹ ਤਾਂ ਪਰੇ ਪਰਲੇ ਚੱਲ ਚੱਲ ਲੱਗੇ ਨੂੰ ਉਧਰ ਤੋਂ ਚੱਲੇ ਜਾ ਕੇ ਜਾ ਇੱਕ ਦੂਏ ਪਾਸੇ ਹੋ ਜਾ ਹਾਂ ਆ ਬਣਿਆ ਰਸਤਾ ਜਾ ਹੋ ਜੀ ਤੁਸੀਂ ਸਾਡੇ ਕਮਾਂਡਰ ਸਾਹਿਬ ਨੂੰ ਜਿੱਧਰ ਨੂੰ ਲੈ ਕੇ ਜਾਂਦੇ ਹੋ ਚੱਲੀ ਚੱਲੋ ਇਹ ਹੁਣ ਹਿਸਾਬ ਲਾ ਲਿਓ ਕਮਾਂਡਰ ਸਾਹਿਬ ਨੂੰ ਕਹਿ ਰਿਹਾ ਮੈਂ ਕਿਹਾ ਇਹ ਹਿਸਾਬ ਲਾ ਲਿਓ ਜੇ ਤਾਂ ਗੱਲ ਹੋਈ ਵਧੀਆ ਫਿਰ ਤਾਂ ਐਪਰੀਸ਼ੀਏਟ ਨਹੀਂ ਫਿਰ ਤੁਸੀਂ ਪਤਾ ਹੀ ਹੈ ਨਹੀਂ ਤਾਂ ਜੀ ਨੋ ਦਾ ਡ੍ਰਿਲ ਹਾਂ ਨੋ ਦਾ ਡ੍ਰਿਲ ਕੀ ਹੋਣਾ ਲੇਕ ਦੇ ਉੱਤੋਂ ਕਿਨਾਰੇ ਦੇ ਉੱਤੇ ਚਲਦੇ ਚਲਦੇ ਜੀ ਇਹ ਫਾਲਸ ਆਉਂਦੇ ਆ ਇਹਨਾਂ ਦਾ ਹੀ ਪਾਣੀ ਹੈ ਜਿਹੜਾ ਉਹ ਲੇਕ ਦੇ ਵਿੱਚ ਜਾਂਦਾ ਅੱਗੇ ਬਹੁਤ ਸੋਹਣੀ ਜਗ੍ਹਾ ਜੀ ਇਹ ਵੀ ਇੱਕ ਦੇਖਣ ਵਾਲੀ ਚਲੋ ਹੁਣ ਚੱਲੀਏ ਆਪਾਂ ਕੈਂਪ ਸਾਈਟ 'ਤੇ ਉੱਥੇ ਕਰੀਏ ਜਾ ਕੇ ਜੀ ਇੰਜੋਏ ਲਓ ਜੀ ਵਾਪਸ ਆਪਾਂ ਟ੍ਰੇਲ ਹੈੱਡ ਦੇ ਕਾਰ ਪਾਰਕਿੰਗ ਦੇ ਉੱਤੇ ਪਹੁੰਚ ਚੁੱਕੇ ਹਾਂ ਜੀ ਗੱਲ ਹੋ ਗਈ ਮੈਂ ਕਿਹਾ ਕਿ ਸੂਰਜ ਨੂੰ ਫਿਕਰ ਆ ਸਾਡੀ ਵੇਲੇ ਨੇ ਸ਼ਾਮਾਂ ਦੇ ਉੱਪਰੋਂ ਸਿਰਨਾਵੇਂ ਹੈ ਨੀ ਮੰਜ਼ਿਲ ਮੁਕਾਮਾਂ ਦੇ ਲਓ ਜੀ ਅੱਜ ਦੇ ਦਿਨ ਦੀ ਸਮਾਪਤੀ ਕਰਦੇ ਹਾਂ ਕੈਂਪ ਗਰਾਊਂਡ ਆਪਣੀ ਆ ਗਈ ਅੱਗੇ B28 ਆਵਾਂਗੜ ਯਾਦ ਰੱਖੀ ਹਾਂ ਬਾਈ ਪੂਰਾ ਨਰੋਆ ਨਾਲੇ ਜੇ ਬੋਲਟਨ ਕ੍ਰੀਕ ਦੇ ਵਿੱਚ ਆਪਾਂ ਕੈਂਪਿੰਗ ਕਰਦੇ ਹਾਂ ਜਾਂ ਇਸ ਏਰੀਏ ਦੇ ਵਿੱਚ ਤਾਂ ਇਹਨਾਂ ਸਾਰੀਆਂ ਕੈਂਪ ਗਰਾਊਂਡਾਂ ਤੋਂ ਪਹਿਲਾਂ ਜਿਹੜਾ ਡਰਿੰਕਿੰਗ ਵਾਟਰ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਹੋਈ ਹੈ ਇਹਨਾਂ ਨੇ ਇੱਥੇ ਅਦਰਵਾਈਜ਼ ਹੋਰ ਕਿਤੇ ਡਰਿੰਕਿੰਗ ਵਾਟਰ ਨਹੀਂ ਹੈਗਾ ਆਹ ਟੂਟੀ ਲੱਗੀ ਹੋਈ ਹੈ ਕਿਵੇਂ ਚੱਲਦੀ ਬਾਬਲਾ ਜੀ ਇਹ ਤਾਂ ਇੱਕ ਵਾਰੀ ਪਾਣੀ ਵਗੈਰਾ ਭਰਿਆ ਜਾਵੇ ਨਾ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਕੈਂਪਿੰਗਾਂ ਦੇ ਵਿੱਚ ਜ਼ਰੂਰ ਜੀ ਕੈਂਪ ਗਰਾਊਂਡ ਦੇ ਵਿੱਚ ਆਪਣੇ ਇੱਥੇ ਜੀ ਸ਼ਾਵਰ ਵੀ ਬਣੇ ਹੋਏ ਨੇ
ਬਿਲਡਿੰਗ ਬਿਲਕੁਲ ਜਦੋਂ ਆਪਾਂ ਕੈਂਪ ਗਰਾਊਂਡ 'ਚ ਐਂਟਰ ਕਰਦੇ ਹਾਂ ਉੱਥੇ ਨਾਲ ਹੀ ਇਹ ਬਿਲਡਿੰਗ ਬਣੀ ਹੋਈ ਹੈ ਇਹਦੇ ਵਿੱਚ ਹੀ ਵਾਸ਼ਰੂਮ ਨੇ ਵਿੱਚ ਹੀ ਸ਼ਾਵਰ ਨੇ ਜਿਹੜੀਆਂ ਤਾਂ ਵੱਡੀਆਂ ਕੈਂਪ ਗਰਾਊਂਡਸ ਨੇ ਉਹਨਾਂ 'ਚ ਤਾਂ ਜਿਵੇਂ ਸ਼ਾਵਰ ਫੈਸਿਲਿਟੀ ਵੀ ਹੁੰਦੀ ਹੈ ਬਟ ਜਿਹੜੇ ਥੋੜ੍ਹੇ ਜਿਹੇ ਜਿਵੇਂ ਛੋਟੇ ਕੈਂਪ ਗਰਾਊਂਡ ਨੇ ਜਾਂ ਵੀ ਜ਼ਿਆਦਾ ਬਿਜ਼ੀ ਨਹੀਂ ਹੁੰਦੇ ਉਹਨਾਂ 'ਚ ਇਕੱਲੇ ਵਾਸ਼ਰੂਮ ਹੀ ਹੁੰਦੇ ਨੇ ਅਤੇ ਇੱਧਰ ਇਹ ਜਿਵੇਂ ਗਾਰਬੇਜ ਡਿਸਪੋਜ਼ ਕਰਨ ਲਈ ਬੀਅਰ ਪਰੂਫ ਜਿਹੜੀ ਆਪਣੇ ਗਾਰਬੇਜ ਬਿਨ ਨੇ ਉਹ ਵੀ ਨੇ ਜੀ ਜਿਹੜਾ ਆਪਣਾ ਜਿਵੇਂ ਜੋ ਵੀ ਦਿਨ ਭਰ ਦਾ ਹੁੰਦਾ ਆਪਾਂ ਜਿਵੇਂ ਗਾਰਬੇਜ ਬੈਗ 'ਚ ਪਾ ਕੇ ਇੱਥੇ ਡਿਸਪੋਜ਼ ਕਰ ਦੇਣਾ ਤਾਂ ਕਰਕੇ ਕੋਈ ਸਮੈਲ ਨਾ ਆਵੇ ਫੂਡ ਦੀ ਜਾਂ ਕਿਸੇ ਤਰ੍ਹਾਂ ਦੀ ਜਿਹਦੇ ਕਰਕੇ ਵੀ ਜਿਹੜੀ ਸਾਈਟਸ ਨੇ ਆਪਣੀਆਂ ਉਹ ਬੀਅਰ ਸੇਫ ਰਹਿਣ ਅੱਜ ਦੇ ਤੰਬੂ ਦਾ ਜੀ ਪੂਰਾ ਸੈੱਟ ਕਰਕੇ ਗਏ ਸੀ ਕੰਮ ਆਪਾਂ ਰੱਬ ਨੇ ਇੰਨਾ ਸੋਹਣਾ ਸਾਥ ਦਿੱਤਾ ਜੀ ਕਿ ਹਜੇ ਪਹੁੰਚੀ ਹਾਂ ਕੈਂਪ ਸਾਈਟ ਦੇ ਵਿੱਚ ਅਤੇ ਮੀਂਹ ਵਾਲਾ ਕੰਮ ਹੁਣ ਸ਼ੁਰੂ ਹੋਇਆ ਬਾਟ ਸਾਹਿਬ ਨੇ ਜੀ ਬਿਜਲੀ ਵਾਲਾ ਕੰਮ ਵੀ ਟੈਂਟ ਦੇ ਵਿੱਚ ਸਪਲਾਈ ਆਉਂਦੀ ਕਰਤੀ ਤਾਰ ਨਾਲ ਲੈ ਕੇ ਆਏ ਸੀ ਅਤੇ ਅੰਦਰ ਕੰਬਲ ਸਾਰੇ ਸੈੱਟ ਹੋ ਰਹੇ ਨੇ ਪੂਰੇ ਹਾਂਜੀ ਲਿਆਓ ਜੀ ਲਿਆਓ ਚਿੱਟੀ ਜੀ ਲਿਆਂਦੀ ਹੈ ਮਲਟੀ ਪਲੱਗ ਜਾਂ ਵੀ ਕੱਢ ਲਿਓ ਮਲਟੀ ਪਲੱਗ ਪਲੁੱਗ ਸਾਰਾ ਕੁਝ ਕੱਢ ਲਿਓ ਲਿਆ ਮੰਗ ਟੇ ਲੋਡ ਸੀ ਇੱਧਰ ਨੂੰ ਠੰਡ ਤੇ ਬਹੁਤ ਆ ਮੀਂਹ ਨਾਲ ਹੋਰ ਹੋ ਜਾਣੀ ਆ ਹੁਣ ਪਨੀਰ ਭੁਰਜੀ ਜੀ ਹੈ ਹੋਰ ਅੱਜ ਤਾਂ ਇਹੋ ਜਿਹਾ ਹੀ ਚਾਹੀਦਾ ਸੀ ਕੁਛ ਕਿਹਦਾ ਵੈਸੇ ਹੀ ਫੇਵਰੇਟ ਹੈ ਅਤੇ ਦੂਜਾ ਉੱਪਰੋਂ ਦੀ ਥੱਕੇ ਵੀ ਵਧੀਆ ਹੋਏ ਆ ਅੱਜ ਕੈਲਰੀਜ਼ ਦਾ ਵੀ ਕੋਈ ਚੱਕਰ ਚਾਹੀਦੀਆਂ ਨੇ ਹਾਂ ਇਹਨੂੰ ਕਹਿੰਦੇ ਜੀ ਸਟਰਗਲ ਇਜ਼ ਰੀਅਲ ਬਾਹਰ ਪੂਰਾ ਉਹਦਾ ਕਹਿੰਦੇ ਮੀਂਹ ਪੈ ਰਿਹਾ ਤੇਜ਼ ਅਤੇ ਆਹ ਉੱਤੋਂ ਤਰਪਾਲ ਦਾ ਬਣਾ ਕੇ ਓਟੀਆ ਅਤੇ ਸੋਈ ਸਾਹਿਬ ਕਰ ਰਿਹਾ ਲਾਈਟ ਦਾ ਪ੍ਰਬੰਧ ਅਤੇ ਐਂ ਚੱਲ ਰਿਹਾ ਜੀ ਕੰਮ ਫਿਰ ਇਹਨੂੰ ਇਹ ਹੈ ਕੈਂਪਿੰਗ ਦਾ ਜਿਹੜਾ ਐਡਵੈਂਚਰ ਵਾਲਾ ਕੰਮ ਹੈ ਕੈਂਪਿੰਗ ਜੰਗਲ ਦੇ ਵਿੱਚ ਆ ਹੁੰਦੀ ਹੈ ਜੀ ਬਹੁਤ ਜ਼ਿਆਦਾ ਹਨੇਰਾ ਸੰਘਣਾ ਘਣਾ ਜੰਗਲ ਲਓ ਜੀ ਸੌਈਏ ਫਿਰ ਆਪਾਂ ਵੀ ਜੀ ਕੱਲ੍ਹ ਨੂੰ ਫਿਰ ਨਵੀਆਂ ਹਾਈਕਾਂ 'ਤੇ ਜਾਣਾ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਨਾਈਟ ਅਤੇ ਜੇ ਸਾਡੀਆਂ ਵੀਡੀਓ ਤੁਹਾਨੂੰ ਵਧੀਆ ਲੱਗੀਆਂ ਨੇ ਜੀ ਚੈਨਲ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ ਜੀ